ਇਹਨਾਂ ਨੇ ਨਾ ਤਾਂ ਲੀਡਰ ਪੈਦਾ ਹੋਣ ਦਿੱਤਾ ਆਪਣੀ ਛਾਂ ਥੱਲੇ, ਠੀਕ ਹੈ, ਨਾ ਇਹਨਾਂ ਨੇ ਨੌਜਵਾਨੀ ਨੂੰ ਜਿਹੜੀ ਹੈਗੀ ਉਹ ਪ੍ਰਫੁੱਲਤ ਹੋਣ ਦਿੱਤਾ, ਨਾ ਸਾਡੇ ਕੋਈ ਗੇਮਾਂ ਹੈਗੀਆਂ ਸਾਡੇ 'ਚ, ਨਾ ਕੋਈ ਸਿਹਤ ਹੈਗੀ ਹੈ, ਠੀਕ ਹੈ, ਨਸ਼ੇ ਜਿਹੜੀਆਂ ਚੰਗੀਆਂ ਖੁਰਾਕਾਂ ਸੀ ਪੰਜਾਬ ਜਿਹਦੇ ਕਰਕੇ ਜਾਣਿਆ ਜਾਂਦਾ ਸੀਗਾ ਉਹ ਸਾਡੇ ਘਰਾਂ 'ਚੋਂ ਨਿਕਲ ਗਈਆਂ। ਹੈ ਕਿ ਪੰਜਾਬੀ ਕਿਸ ਚੀਜ਼ 'ਤੇ ਰਹਿ ਗਏ, ਆਪਾਂ ਨਾਮ ਰਹਿ ਗਿਆ ਪੰਜਾਬੀਆਂ ਦੀਆਂ, ਗੈਰਤਮੰਦ ਪੰਜਾਬੀ ਹੁੰਦੇ ਸਨ, ਗੈਰਤਾਂ ਵੀ ਇਹਨਾਂ ਨੇ ਖਤਮ ਕਰ ਦਿੱਤੀਆਂ ਸਾਰੀਆਂ। ਜਿਹੜਾ ਬੰਦਾ ਨਸ਼ੇ ਹੀ ਆ ਉਹਦੀ ਕਾਹਦੀ ਗੈਰਤ ਹੁੰਦੀ ਹੈ, ਜਿਹੜਾ ਬੰਦਾ ਅਨਪੜ੍ਹ ਹੈ, ਜਿਹੜਾ ਬੰਦਾ ਪਤਾ ਹੀ ਨਹੀਂ ਮੇਰੀ ਆਪਣੇ ਵੋਟ ਦੇ ਅਧਿਕਾਰ ਦਾ ਕੀ, ਉਹਦੀ ਕਾਹਦੀ ਗੈਰਤ। ਤੋ ਜੋ ਲੋਕ ਜਿਹੜੇ ਹੈਗੇ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਲੋਕ ਹੀ ਹੈਗੇ, ਇਹਨਾਂ ਨੇ ਬੇੜਾ ਗਰ ਕੀਤਾ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹਨਾਂ ਨੂੰ ਨਹੀਂ ਆਉਣ, ਇਹ ਇਹੀ ਹੀ ਠੀਕ ਕਰ ਸਕਦੇ ਆ। ਹੁਣ ਜੇ ਆਪਾਂ ਕਹੀਏ ਵੀ ਕੱਲ੍ਹ ਨੂੰ ਯੰਗਸਟਰ ਆ ਕੇ ਸਾਨੂੰ ਠੀਕ ਕਰਕੇ ਲੜਨਗੇ, ਇਹ ਵੱਡਾ ਸੁਪਨਾ ਹੈ, ਇਹ ਜੇ ਨਹੀਂ ਹੋਣਾ। ਇਹ ਲੋਕਾਂ ਨੇ ਜਿਨ੍ਹਾਂ ਨੇ ਮਾਹੌਲ ਖਰਾਬ ਕੀਤਾ, ਸਿਸਟਮ ਖਰਾਬ ਕੀਤਾ, ਉਹੀ ਸੁਧਾਰ ਸਕਦੇ, ਉਹਨਾਂ ਦੇ ਵਿੱਚੋਂ ਹੀ ਚੰਗੇ ਬੰਦੇ ਉੱਠ ਸਕਦੇ। ਸਾਰਿਆਂ ਨੇ ਥੋੜ੍ਹਾ ਕੀਤਾ, ਇਹ ਤਾਂ ਮੁੱਠੀ ਭਰ ਲੋਕ ਖਰਾਬ ਕਰਨ ਵਾਲੇ, ਦੂਜੇ ਕੋਈ ਡਰਦੇ ਨਿਕਲਦੇ ਨਹੀਂ ਬਾਹਰ। ਚੰਗੇ ਲੋਕ ਬਥੇਰੇ ਹੈਗੇ, ਹੁਣ ਆਪਾਂ ਕਹਿੰਦੇ ਚੰਗੇ ਦਿਖਾਈ ਨਹੀਂ ਦਿੰਦੇ, ਵਰਤਾ ਨਹੀਂ ਕਰੇ, ਜਿਉਂਦੇ ਆ, ਪਰ ਠੀਕ ਹੈ, ਜ਼ਮੀਰਾਂ ਮਰ ਮੁਰਗੀਆਂ, ਆਪਣਾ ਆਪਣਾ ਮਾਰ ਕੇ ਬੈਠੇ, ਇਹਨਾਂ ਤੋਂ ਡਰਦੇ ਆ।